ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਦਾ ਮੈਂ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਦੀ ਪੂਰੀ ਹਾਈ ਕਮਾਂਡ, ਸਾਡੇ ਨੈਸ਼ਨਲ ਕਨਵੀਨਰ ਜੀ ਡਾਕਟਰ ਸੰਦੀਪ ਪਾਠਕ, ਮਨੀਸ਼ ਜੀ, ਸੰਜੇ ਸਿੰਘ ਜੀ, ਰਾਘਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ, ਆਮ ਆਦਮੀ ਪਾਰਟੀ ਸਰਕਾਰ, ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ, MLA ਸਾਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕੇ ਸ਼ਾਮ ਚੁਰਾਸੀ ਸੰਗਤ ਦਾ, ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ, ਅੱਜ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ, ਇੱਕ ਨਵੀਂ ਪਾਰੀ ਖੇਲਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ, ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ, ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ, ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ, ਜ਼ਿੰਮੇਵਾਰੀ ਨੂੰ ਆਵਾਂਗੇ। ਜਿਹੜੀ ਪੰਜਾਬ ਦੀ ਸੇਵਾ ਲਈ ਸਾਨੂੰ ਮੌਕਾ ਦਿੱਤਾ ਹੈਗਾ, ਪਹਿਲਾਂ ਵੀ ਐਜ਼ MLA ਅਸੀਂ ਸ਼ਾਮ ਚੁਰਾਸੀ ਦਾ ਅਸੀਂ ਕੰਮ ਕਰ ਰਹੇ ਸੀ, ਹਲਕੇ ਦੀ ਸੇਵਾ ਕਰ ਰਹੇ ਸੀਗੇ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ, ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਅਸੀਂ ਤਨਦਹੀ ਨਾਲ ਅਸੀਂ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਅਸੀਂ ਆਪਾਂ ਉਹਨੂੰ ਨਿਭਾਵਾਂਗੇ, ਪੂਰੀ ਕਰਾਂਗੇ। ਜੀ ਅੱਜ ਆਪਨੇ ਅਹੁਦਾ ਸੰਭਾਲਾ ਹੈ, ਆਪਕੀ ਪ੍ਰਾਇੋਰਟੀਜ਼ ਕਿਆ ਰਹੇਗੀ ਅਬ, ਕਿਉਂਕਿ ਅਬ ਆਪ ਪਹਿਲੇ MLA ਥੇ, ਅਬ ਆਪ ਮੰਤਰੀ ਬਣ ਚੁਕੇ, ਤੋ ਪ੍ਰਾਇੋਰਟੀਜ਼ ਵੀ ਅਬ ਆਪਕੇ ਬਦਲ ਚੁਕੇ ਹੋਂਗੇ, ਔਰ ਕਿਨ ਪ੍ਰਾਇੋਰਟੀਜ਼ ਕੇ ਤਹਿਤ ਆਪ ਪਹਿਲੇ ਕੌਨ ਕੌਨ ਸੇ ਕਾਮ ਕਰੇਂਗੇ? ਜੀ, ਵੈਰੀ ਟਰੂ, ਟੁਡੇ ਇਜ਼ ਦਾ ਫਸਟ ਡੇ, ਮੈਂ ਅੱਜ ਪਹਿਲੀ ਵਾਰ ਚਾਰਜ ਸੰਭਾਲਿਆ ਇਸ ਦਾ ਤੇ ਅਸੀਂ ਨਾਲ ਹੀ ਆਪਾਂ ਵੀ ਆਰ ਕਾਲਡ, ਜਿਹੜੇ ਸਾਡੇ ਕੋਰ ਟੀਮ ਹੈਗੀ ਆ ਲੋਕਲ ਬੋਡੀਜ਼ ਦੀ, ਸਾਡੇ ਜਿੰਨੇ ਵੀ IAS ਅਫੀਸ਼ੀਅਲਸ ਹੈਗੇ ਆ, ਜਿੰਨੀ ਵੀ ਟੀਮ ਹੈਗੀ ਆ, ਅਸੀਂ ਇਸ ਤੋਂ ਬਾਅਦ ਹੀ ਤੁਹਾਡੇ ਤੋਂ ਬਾਅਦ ਅਸੀਂ ਉਹਨਾਂ ਨਾਲ ਬੈਠਾਂਗੇ ਆਪਾਂ। ਆਈ ਵਿਲ ਫਾਈਂਡ ਆਊਟ, ਵਿਲ ਡਿਸਕਸ ਅਸੀਂ ਕਿੱਥੇ ਲੈਕਿੰਗ ਹਾਂ, ਕਿੱਥੇ ਸਾਡੀ ਕਮਜ਼ੋਰੀ ਹੈ, ਜਿੱਥੇ ਕਮੀ ਪੇਸ਼ੀ ਹੈਗੀ ਆ। ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ, ਲਾਈਕ ਹਰੇਕ ਕਮੇਟੀ ਦੀ, ਹਰੇਕ ਕਾਰਪੋਰੇਸ਼ਨ ਦੀ ਆਪਣੀ ਆਪਣੀ ਨੀਡਸ ਹੁੰਦੀ ਹੈ, ਡਿਮਾਂਡਸ ਹੁੰਦੀ ਆ, ਆਪਣੀ ਆਪਣੀ ਪ੍ਰੋਬਲਮਸ ਹੁੰਦੀਆਂ। ਸੋ ਆਈ ਐਮ ਨਿਊ ਟੂ ਦਿਸ ਡਿਪਾਰਟਮੈਂਟ, ਤੇ ਅਸੀਂ ਬੈਠ ਕੇ ਆਪਾਂ ਰਲ ਮਿਲ ਕੇ, ਮੈਨੂੰ ਪੂਰਾ ਯਕੀਨ ਆ, ਆਈ ਐਮ ਵੈਰੀ ਪੋਜ਼ਿਟਿਵ ਐਂਡ ਆਈ ਐਮ ਵੈਰੀ ਕੌਨਫੀਡੈਂਟ ਕਿ ਅਸੀਂ ਐਜ਼ ਏ ਟੀਮ ਬਣਾ ਕੇ ਇੱਕ ਵਧੀਆ ਇੱਕ ਡਾਇਰੈਕਸ਼ਨ ਲੈ ਕੇ ਅਸੀਂ ਆਪਾਂ CM ਸਾਹਿਬ ਨਾਲ ਵੀ, ਉਹਨਾਂ ਦੀ ਵੀ ਡਾਇਰੈਕਸ਼ਨ ਲੈ ਕੇ ਅਸੀਂ ਆਪਾਂ ਕੰਮ ਕਰਾਂਗੇ। ਜੀ ਜੀ, ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਹੈਗੇ ਨੇ? ਯਾ, ਵੈਰੀ ਟਰੂ। ਉਹ ਲਾਈਕ ਇਟਸ ਅ ਬਿਗ ਰਿਸਪੋਂਸਿਬਿਲਿਟੀ, ਇਟਸ ਅ ਬਿਗ ਚੈਲੰਜ ਫੋਰ ਅਸ, ਤੇ ਅਸੀਂ ਪੰਚਾਇਤ ਦਾ ਇਲੈਕਸ਼ਨ ਤੋਂ ਬਾਅਦ ਮੈਨੂੰ ਲੱਗਦਾ ਇਮੀਡੀਏਟਲੀ ਵੀ ਹੈਵ ਟੂ ਗੋ ਇਨ ਟੂ ਦੀ ਫੀਲਡ। ਕਾਰਪੋਰੇਸ਼ਨ ਇਲੈਕਸ਼ਨ ਕਰ ਰਹੀ ਹੈ, ਉਹ ਡਿਊ ਸੀ ਕਾਫੀ ਸਮੇਂ ਤੋਂ, ਤੇ ਉਹ ਉਸੇ ਬਾਰੇ ਵੀ ਰਿਗਾਰਡਿੰਗ ਕੱਲ CM ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ, ਤੇ ਅਸੀਂ ਆਪਾਂ ਉਹ ਵੀ ਜਲਦ ਅਸੀਂ ਕਰਾਵਾਂਗੇ ਤੇ ਅਸੀਂ ਪੂਰੀ ਪਾਵਰ ਦੇ ਨਾਲ ਅਸੀਂ ਆਪਾਂ ਵਧੀਆ ਆਊਟ ਪਰਫਾਰਮ ਕਰਕੇ ਅਸੀਂ ਦੱਸਾਂਗੇ। ਜੀ, ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਦਾ ਮੈਂ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਦੀ ਪੂਰੀ ਹਾਈ ਕਮਾਂਡ, ਸਾਡੇ ਨੈਸ਼ਨਲ ਕਨਵੀਨਰ ਜੀ ਡਾਕਟਰ ਸੰਦੀਪ ਪਾਠਕ, ਮਨੀਸ਼ ਜੀ, ਸੰਜੇ ਸਿੰਘ ਜੀ, ਰਾਘਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ, ਆਮ ਆਦਮੀ ਪਾਰਟੀ ਸਰਕਾਰ, ਸਾਡੇ CM ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ, MLA ਸਾਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕੇ ਸ਼ਾਮ ਚੁਰਾਸੀ ਸੰਗਤ ਦਾ, ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ, ਅੱਜ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ, ਇੱਕ ਨਵੀਂ ਪਾਰੀ ਖੇਲਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ, ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ, ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ, ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ, ਜ਼ਿੰਮੇਵਾਰੀ ਨੂੰ ਆਵਾਂਗੇ। ਜਿਹੜੀ ਪੰਜਾਬ ਦੀ ਸੇਵਾ ਲਈ ਸਾਨੂੰ ਮੌਕਾ ਦਿੱਤਾ ਹੈਗਾ, ਪਹਿਲਾਂ ਵੀ ਐਜ਼ MLA ਅਸੀਂ ਸ਼ਾਮ ਚੁਰਾਸੀ ਦਾ ਅਸੀਂ ਕੰਮ ਕਰ ਰਹੇ ਸੀ, ਹਲਕੇ ਦੀ ਸੇਵਾ ਕਰ ਰਹੇ ਸੀਗੇ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ, ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਅਸੀਂ ਤਨਦਹੀ ਨਾਲ ਅਸੀਂ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਅਸੀਂ ਆਪਾਂ ਉਹਨੂੰ ਨਿਭਾਵਾਂਗੇ, ਪੂਰੀ ਕਰਾਂਗੇ। ਜੀ, ਅੱਜ ਆਪਨੇ ਅਹੁਦਾ ਸੰਭਾਲਾ ਹੈ, ਆਪਕੀ ਪ੍ਰਾਇੋਰਟੀਜ਼ ਕਿਆ ਰਹੇਗੀ ਅਬ, ਕਿਉਂਕਿ ਅਬ ਆਪ ਪਹਿਲੇ MLA ਥੇ, ਅਬ ਆਪ ਮੰਤਰੀ ਬਣ ਚੁਕੇ, ਤੋ ਪ੍ਰਾਇੋਰਟੀਜ਼ ਵੀ ਅਬ ਆਪਕੇ ਬਦਲ ਚੁਕੇ ਹੋਂਗੇ, ਔਰ ਕਿਨ ਪ੍ਰਾਇੋਰਟੀਜ਼ ਕੇ ਤਹਿਤ ਆਪ ਪਹਿਲੇ ਕੌਨ ਕੌਨ ਸੇ ਕਾਮ ਕਰੇਂਗੇ?
ਜੀ ਵੈਰੀ ਟਰੂ ਟੂਡੇ ਇਜ਼ ਦਾ ਫਸਟ ਡੇ ਮੈਂ ਅੱਜ ਪਹਿਲੀ ਵਾਰ ਚਾਰਜ ਸੰਭਾਲਿਆ ਇਸ ਦਾ ਅਤੇ ਅਸੀਂ ਨਾਲ ਹੀ ਆਪਾਂ ਵੀ ਆਰ ਕੋਲਡ ਜਿਹੜੇ ਸਾਡੇ ਕੋਰ ਟੀਮ ਹੈਗੀ ਆ ਲੋਕਲ ਬੋਡੀਜ਼ ਦੀ ਸਾਡੇ ਜਿੰਨੇ ਵੀ ਆਈ ਐੱਸ ਓਫਿਸ਼ੀਅਲਸ ਹੈਗੇ ਆ ਜਿੰਨੀ ਵੀ ਟੀਮ ਹੈਗੀ ਆ ਅਸੀਂ ਇਸ ਤੋਂ ਬਾਅਦ ਹੀ ਤੁਹਾਡੇ ਤੋਂ ਬਾਅਦ ਅਸੀਂ ਉਹਨਾਂ ਨਾਲ ਬੈਠਾਂਗੇ ਆਪਾਂ ਆਈ ਵਿਲ ਫਾਈਂਡ ਆਊਟ ਵਿਲ ਡਿਸਕਸ ਅਸੀਂ ਕਿੱਥੇ ਲੈਕਿੰਗ ਹਾਂ ਕਿੱਥੇ ਸਾਡੀ ਕਮਜ਼ੋਰੀ ਹੈ ਜਿੱਥੇ ਕਮੀ ਪੇਸ਼ੀ ਹੈਗੀ ਆ ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ ਲਾਈਕ ਹਰੇਕ ਕਮੇਟੀ ਦੀ ਹਰੇਕ ਕਾਰਪੋਰੇਸ਼ਨ ਦੀ ਆਪਣੀ ਆਪਣੀ ਨੀਡਸ ਹੁੰਦੀਆਂ ਡਿਮਾਂਡਸ ਹੁੰਦੀਆਂ ਆਪਣੀ ਆਪਣੀ ਪ੍ਰੋਬਲਮਸ ਹੁੰਦੀਆਂ ਸੋ ਆਈ ਐਮ ਨਿਊ ਟੂ ਦਿਸ ਡਿਪਾਰਟਮੈਂਟ ਅਤੇ ਅਸੀਂ ਬੈਠ ਕੇ ਆਪਾਂ ਰਲ ਮਿਲ ਕੇ ਮੈਨੂੰ ਪੂਰਾ ਯਕੀਨ ਆ ਆਈ ਐਮ ਵੈਰੀ ਪੋਜ਼ਿਟਿਵ ਐਂਡ ਆਮ ਵੈਰੀ ਕੋਨਫੀਡੈਂਟ ਕਿ ਅਸੀਂ ਐਜ਼ ਏ ਟੀਮ ਬਣਾ ਕੇ ਇੱਕ ਵਧੀਆ ਇੱਕ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਸੀ ਐਮ ਸਾਹਿਬ ਨਾਲ ਵੀ ਉਹਨਾਂ ਦੀ ਵੀ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਕੰਮ ਕਰਾਂਗੇ ਜੀ ਜੀ ਯਾ ਵੈਰੀ ਟਰੂ ਉਹ ਲਾਈਕ ਇਟਸ ਅ ਬਿਗ ਰਿਸਪੋਂਸੀਬਿਲਟੀ ਇਟਸ ਅ ਬਿਗ ਚੈਲੰਜ ਫੋਰ ਅਸ ਅਤੇ ਅਸੀਂ ਪੰਚਾਇਤ ਦਾ ਇਲੈਕਸ਼ਨ ਤੋਂ ਬਾਅਦ ਮੈਨੂੰ ਲੱਗਦਾ ਇਮੀਡੀਏਟਲੀ ਵੀ ਹੈਵ ਟੂ ਗੋ ਇਨ ਟੂ ਦੀ ਫੀਲਡ ਕਾਰਪੋਰੇਸ਼ਨ ਇਲੈਕਸ਼ਨ ਕਰ ਰਹੀ ਹੈ ਉਹ ਡਿਊ ਸੀ ਕਾਫੀ ਸਮੇਂ ਤੋਂ ਅਤੇ ਉਹ ਉਸੇ ਬਾਰੇ ਵੀ ਰਿਗਾਰਡਿੰਗ ਕੱਲ੍ਹ ਸੀ ਐਮ ਸਾਹਿਬ ਨੂੰ ਵੀ ਮੀਟਿੰਗ ਹੋਈ ਸੀਗੀ ਅਤੇ ਅਸੀਂ ਆਪਾਂ ਉਹ ਵੀ ਜਲਦ ਅਸੀਂ ਕਰਾਵਾਂਗੇ ਅਤੇ ਅਸੀਂ ਪੂਰੀ ਪਾਵਰ ਦੇ ਨਾਲ ਅਸੀਂ ਆਪਾਂ ਵਧੀਆ ਆਊਟ ਪਰਫੋਰਮ ਕਰਕੇ ਅਸੀਂ ਦੱਸਾਂਗੇ ਜੀ।